ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਵਧਾਈ। ਅੱਜ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਸੂਬੇ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਕਿ ਬੇਸ਼ੱਕ ਸੂਬੇ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਲੋਕਡਾਊਨ ਚੱਲ ਰਿਹਾ ਹੈ, ਕਰਫਿਊ ਲਾਇਆ ਗਿਆ ਹੈ ਕਰੋਨਾ ਦੀ ਜਿਹੜੀ ਕੋਵਿਡ-19 ਦੀ ਮਹਾਂਮਾਰੀ ਤੋਂ ਬਚਣ ਲਈ। ਅੱਜ ਅਸੀਂ ਦਾਣਾ ਮੰਡੀ ਗੁਰਾਇਆ ਵਿਖੇ ਮਾਰਕੀਟ ਕਮੇਟੀ ਦੇ ਦਫ਼ਤਰ, ਮਾਰਕੀਟ ਕਮੇਟੀ ਦੇ ਸਾਡੇ ਚੇਅਰਮੈਨ, ਵਾਈਸ ਚੇਅਰਮੈਨ, ਇੱਥੋਂ ਦੇ ਸਾਡੇ ਤਹਿਸੀਲਦਾਰ ਔਰ ਇੱਥੋਂ ਦੇ ਸਾਡੇ ਆੜ੍ਹਤੀ ਜਿਹਨੇ ਇੱਥੇ ਮੀਟਿੰਗ ਕੀਤੀ ਹੈ ਔਰ ਜੋ ਸਰਕਾਰ ਨੇ ਸਮੂਥ ਔਰ ਪੂਰਾ ਇੱਕ ਪਲੈਨਡ ਤਰੀਕੇ ਨਾਲ ਜਿਹੜੀ ਫਸਲ ਚੱਕਣ ਦਾ ਪ੍ਰੋਗਰਾਮ ਉਲੀਖਿਆ ਉਹਦਾ ਅੱਜ ਅਸੀਂ ਮੁਆਇਨਾ ਕਰਨ ਆਏ ਹਾਂ। ਇਸ ਤੋਂ ਬਾਅਦ ਅਸੀਂ ਦਾਣਾ ਮੰਡੀ ਫਲੌਰ ਵਿਖੇ ਜਾਣਾ ਔਰ ਮੈਨੂੰ ਪੂਰੀ ਆਸ ਹੈ ਕਿ ਕੈਪਟਨ ਸਾਹਿਬ ਜੀ ਦੇ ਦਿੱਤੇ ਨਿਰਦੇਸ਼ਾਂ 'ਤੇ ਪ੍ਰਸ਼ਾਸਨ, ਮਾਰਕੀਟ ਕਮੇਟੀ ਔਰ ਜੋ ਇਸ ਮੰਡੀ ਨਾਲ ਰਿਲੇਟਡ ਸਾਰੇ ਹੀ ਸਾਥੀ ਨੇ ਉਹ ਇਸ ਔਖੀ ਘੜੀ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾ ਕੇ ਜੋ ਸਾਡਾ ਕਿਸਾਨ ਭਰਾ ਹੈ ਉਹਨੂੰ ਕੋਈ ਮੁਸ਼ਕਲ ਨਾ ਆਵੇ, ਉਸ ਦੀ ਫਸਲ ਸਹੀ ਤਰੀਕੇ ਨਾਲ ਉਠਾਈ ਜਾਵੇ, ਉਹਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਨੇ। ਮੈਂ ਤੁਹਾਡੇ ਰਾਹੀਂ ਸਾਰੇ ਕਿਸਾਨਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਜੋ ਗਾਈਡਲਾਈਨਸ, ਜੋ ਡਾਇਰੈਕਸ਼ਨ ਸਰਕਾਰ ਨੇ ਤੁਹਾਡੇ ਹਿੱਤ ਲਈ, ਤੁਹਾਡੀ ਸਿਹਤ ਲਈ, ਤੁਹਾਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਦਿੱਤੇ ਨੇ ਉਹਦੇ 'ਤੇ ਤੁਸੀਂ ਵੀ ਆਪਣਾ ਅਮਲ ਕਰੋ ਤਾਂ ਕਿ ਕੋਈ ਵੀ ਸਾਥੀ ਸਾਡਾ ਇਸ ਭਿਅੰਕਰ ਬਿਮਾਰੀ ਦਾ ਸ਼ਿਕਾਰ ਨਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਆਪਣੇ ਵੱਲੋਂ ਪੂਰੇ ਪੰਜਾਬ, ਭਾਰਤ ਵਾਸੀਆਂ ਨੂੰ, ਸਾਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ ਖਾਲਸਾ ਸਥਾਪਨਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਅੱਜ ਮਾਰਕੀਟ ਕਮੇਟੀ ਗਰਿਆਂ ਦੀ ਮੰਡੀਆਂ ਦੇ ਦੀ ਆੜ੍ਹਤੀਆਂ ਦੇ ਨਾਲ ਮੀਟਿੰਗ ਹੋਈ, ਜਿਸ ਵਿੱਚ ਚੌਧਰੀ ਬਿਕਰਮਜੀਤ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਤਪਨ ਜੀ, ਤਹਿਸੀਲਦਾਰ ਜੀ, DSP ਫਲੌਰ, SHO ਗਰਿਆਂ, ਆੜ੍ਹਤੀਆ ਐਜੂਕੇਸ਼ਨ ਦੇ ਪ੍ਰਧਾਨ ਸੁਖਦੇਵ ਛਾਵੜਾ ਜੀ ਨੇ ਹਿੱਸਾ ਲਿਆ। ਇਸ ਮੀਟਿੰਗ ਦੇ ਵਿੱਚ
ਸਰਕਾਰ ਦੀਆਂ ਜੋ ਦਿੱਤੀਆਂ ਹੋਈਆਂ ਹਦਾਇਤਾਂ, ਜੋ ਜਿੱਦਾਂ ਵੀ ਸੋਸ਼ਲ ਡਿਸਟੈਂਸ ਨੂੰ ਮੁੱਖ ਰੱਖਦੇ ਹੋਏ, ਕਰੋਨਾ ਦੀ ਮਹਾਂਮਾਰੀ ਦੇ ਮੁੱਖ ਰੱਖਦੇ ਹੋਏ, ਇਸ ਦੇ ਬਚਾਅ ਤੋਂ ਸਾਰੇ ਸਰਕਾਰ ਦੇ ਜੋ ਦਿੱਤੀਆਂ ਹਦਾਇਤਾਂ ਦੇ ਮੁਤਾਬਕ ਕਣਕ ਦੀ ਖਰੀਦਦਾਰੀ ਕਰਨ ਦੇ ਲਈ ਮੀਟਿੰਗ ਕੀਤੀ ਗਈ। ਇਸ ਵਿੱਚ ਸਾਰੇ ਆੜ੍ਹਤੀਆ ਐਸੋਸੀਏਸ਼ਨ ਨੇ ਕਮੇਟੀ ਮੈਂਬਰ ਵੱਲੋਂ ਪੂਰਾ ਭਰੋਸਾ ਦਵਾਇਆ ਗਿਆ ਕਿ ਸਰਕਾਰ ਦੀਆਂ ਦਿੱਤੀਆਂ ਜੋ ਹਦਾਇਤਾਂ ਬਿਲਕੁਲ ਉਹਨਾਂ ਹੀ ਆਧਾਰ ਦੇ ਉੱਤੇ ਸਾਰੇ ਜੱਟਾਂ ਦੀ ਕਣਕ ਚੱਕੀ ਜਾਏਗੀ। ਅਤੇ ਦੂਜਾ ਜ਼ਿਮੀਂਦਾਰਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੋ ਸਰਕਾਰ ਨੇ ਹਦਾਇਤਾਂ ਦਿੱਤੀਆਂ ਉਸ ਦੇ ਮੁਤਾਬਕ ਹੀ ਆਪਣੀ ਫਸਲ ਮੰਡੀ ਵਿੱਚ ਲੈ ਕੇ ਆਉਣ। ਕਿਉਂ ਕੈਪਟਨ ਸਾਹਿਬ ਨੇ ਭਰੋਸਾ ਦਵਾਇਆ ਹੈ ਕਿ ਸਾਰੇ ਹੀ ਕਿਸਾਨਾਂ ਦਾ ਇੱਕ ਇੱਕ ਦਾਣਾ ਦਾਣਾ ਕਣਕ ਦਾ ਚੱਕਿਆ ਜਾਵੇਗਾ। ਮੈਂ ਵੀ ਇਸ ਗੱਲ ਦਾ ਆਪਣੀ ਕਮੇਟੀ ਗ੍ਰਹਿਆਂ ਵੱਲੋਂ ਭਰੋਸਾ ਦਵਾਉਣਾ ਹੈ ਕਿ ਹਲਕੇ ਦੇ ਕਿਸੇ ਵੀ ਕਿਸਾਨ ਭਰਾ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ। ਹਰ ਕਿਸੇ ਦੀ ਜੋ ਵੀ ਕਿਸੇ ਦੀ ਕੋਈ ਪ੍ਰੋਬਲਮ ਹੋਵੇ ਉਹਦਾ ਹੱਲ ਕੀਤਾ ਜਾਊਗਾ ਬਿਨਾਂ ਕਿਸੇ ਨੂੰ ਪਰੇਸ਼ਾਨੀ ਆਉਣ ਤੋਂ। ਹਰ ਬੰਦੇ ਦਾ ਕਣਕ ਦੀ ਖਰੀਦਦਾਰੀ ਹੋਵੇ ਅਤੇ ਸਫਾਈਆਂ ਦਾ ਪ੍ਰਬੰਧ ਹੋ ਗਿਆ ਆ, ਸੈਨਾਟਾਈਜ਼ਰ ਦੀ ਆ ਗਿਆ ਸਾਡੇ ਕੋਲ। ਸਵੇਰੇ ਸਾਰੀ ਮੰਡੀ ਜਿੰਨੀਆਂ ਚਾਰ ਮੰਡੀਆਂ ਸਾਡੀਆਂ ਰੋੜਕਾ ਕਲਾਂ ਮਨਸੂਰਪੁਰ ਦਸਾਂਝ ਕਲਾਂ ਅਤੇ ਗਰਾਇਆਂ ਸੈਨਾਟਾਈਜ਼ਰ ਕੱਲ੍ਹ ਹੋ ਜਾਏਗੀ। ਅਤੇ ਕਿਉਂਕਿ ਕੱਲ੍ਹ 14 ਤਰੀਕ ਆ, ਪਰਸੋਂ ਤੋਂ 15 ਤਰੀਕ ਤੋਂ ਖਰੀਦਦਾਰੀ ਸ਼ੁਰੂ ਹੋ ਜਾਏਗੀ। ਜੋ ਆੜ੍ਹਤੀਆਂ ਦੀਆਂ ਜੋ ਮੰਗਾਂ ਸੀਗੀਆਂ ਉਹ ਸਾਡੇ ਹਲਕਾ ਇੰਚਾਰਜ ਚੌਧਰੀ ਬਿਕਰਮਜੀਤ ਸਿੰਘ ਨੂੰ ਨੋਟ ਕਰਾ ਦਿੱਤੀਆਂ ਨੇ, ਉਹ ਡੀ ਸੀ ਸਾਹਿਬ ਦੇ ਨਾਲ ਨੋਟਿਸ 'ਚ ਲਿਆ ਕੇ ਉਹਨਾਂ ਦਾ ਜ਼ਰੂਰ ਕੋਈ ਹੱਲ ਕੱਢਣਗੇ।